जिहड़े लोग मैनूं 50-50 लाख दीआं ऑफरां दिंदे सी, मैं उह पिंडां 'च इलैक्शनां कराईआं, मैं भाई इलैक्शन लड़ लो, फिर मैनूं उह 50 लख वढ़दा सी, मैं लै लैंदा, मेरे कोल व्हाट्सएप दे सबूत ने। ਇੱਥੇ ਪੈਸੇ ਨੂੰ ਵੇਖ ਨਾ ਲਾਲਾਂ ਸੁੱਟਦੇ ਫਿਰਦੇ ਆ, ਜਦੋਂ ਕਰੋੜਾਂ ਰੁਪਈਏ ਘਰ ਆਉਂਦੇ ਆ ਤੇ ਤੁਹਾਡੇ ਭਰਾ ਨੇ ਪੈਰ ਤੇ ਠੋਕਰ ਨਾਲ ਠਗਰਾਏ ਆ ਪੈਸੇ ਲੋਕਾਂ। ਜ਼ਿਆਦਾਤਰ ਨਾ ਐਸੀ ਸਮਾਜ ਦੇ ਜਿਹੜੇ ਸਰਪੰਚ ਬਣਾਏ ਜਾਂਦੇ ਉਹ ਰਬੜ ਦੀ ਮੋਹਰ ਹੁੰਦੇ ਆ। ਇਹ ਸਵਾਲ ਮੈਂ ਤਾਂ ਕਰ ਰਿਹਾ ਕਿ ਬਹੁਤ ਸਾਰੇ ਲੋਕਾਂ ਦੇ ਮੈਨੂੰ ਕਾਲ ਆਏ ਵੀ ਧੋਨ ਸਾਹਿਬ ਨੂੰ ਜ਼ਰੂਰ ਸਵਾਲ ਕਰਿਓ ਕਿ ਐਤਕੀ ਵਾਰੀ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਜਾਂ ਪੜ੍ਹੇ ਲਿਖੇ ਮੁੰਡੇ ਅੱਗੇ ਲਾਏ ਗਏ। ਨਾ ਤਾਂ ਜਿਹੋ ਜਿਹੇ ਦਾਸ ਨੇ ਫੈਸਲੇ ਕੀਤੇ ਆ ਬਗੈਰ ਲਾਲਚ ਤੋਂ, ਨਾ ਤਾਂ ਪਿੱਛੇ ਜਿਹੜੇ ਰਹੇ MLA ਉਹਨਾਂ ਨੇ ਕਦੀ ਕੀਤੇ ਸੀ, ਤੇ ਨਾ ਕੋਈ ਗਾਂਹ ਕਰੂਗਾ। ਮੇਰੇ ਨਾਲ ਕੋਈ ਬੰਦਾ ਬੈਠ ਕੇ ਡਿਬੇਟ ਕਰ ਲੇ ਜਾਂ ਤੁਸੀਂ ਪਿੰਡਾਂ 'ਚ ਜਾ ਕੇ ਵੇਖ ਲਓ, ਜਿੰਨੇ ਦੋਵਾਂ ਸਾਲਾਂ 'ਚ ਅਸੀਂ ਕੰਮ ਕਰਦੇ ਉਹਨਾਂ ਦੇ 20 ਸਾਲਾਂ 'ਚ ਨਹੀਂ ਪਿਛਲੇ MLA ਨੇ ਕੰਮ ਕੀਤੇ। ਮੇਰੇ ਨਾਲ ਪਿੰਡਾਂ 'ਚ ਗਰਾਊਂਡ 'ਤੇ ਆਉਣ। ਬਹੁਤ ਸਾਰੇ ਲੋਕਾਂ ਨੇ ਬਹੁਤ ਵੱਡੇ ਵੱਡੇ ਖਰਚ ਕੀਤੇ ਨੇ ਪੰਚਾਇਤੀ ਹਾਸਲ ਕਰਨ ਵਾਸਤੇ। ਬਿਲਕੁਲ, ਉਹਨਾਂ ਲੋਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਨੇ 80-80-85 ਲੱਖ ਜਿਹੜਾ ਵਾ ਉਹ ਲਾ ਦਿੱਤਾ, ਉਹ ਵਿਕਾਸ ਵਾਲੇ ਪਾਸੇ ਜਾਣ। ਸਾਡੇ ਬੰਦਿਆਂ ਨੂੰ ਤੇ ਇਹ ਹੀ ਨਹੀਂ ਪਤਾ ਵੀ ਕਾਗਜ਼ ਭਰਨੇ ਕਿਵੇਂ ਆ। ਜਦੋਂ ਮੈਂ ਲੋਕੇ ਮੈਂ ਕਹਿੰਦਾ ਜੀ ਤੁਸੀਂ ਕਾਗਜ਼ ਭਰੋ ਤੇ ਉਹ ਮੈਨੂੰ ਪਤਾ ਕੀ ਕਹਿੰਦੇ, ਜਿਵੇਂ MLA ਨੇ ਜੇਬ 'ਚੋਂ ਸਰਪੰਚੀ ਦੇਣੀ ਹੁੰਦੀ ਆ, ਨਹੀਂ ਤੂੰ ਰਸੀਦ ਕੱਟ ਕੇ ਦੇ ਦੇ, ਰਸੀਦ ਕੱਟਿਆਂ ਕਿਹੜੀ ਸਰਪੰਚੀ ਮਿਲਦੀ ਆ। ਉਹ ਕਾਗਜ਼ ਭਾਵੇਂ ਆਪਾਂ ਸਰਬਸੰਮਤੀ ਵੀ ਕਰ ਦਿੰਦੇ ਹਾਂ, ਭਾਵੇਂ ਆਪਾਂ ਪਿੰਡ 'ਚ ਸਰਬਸੰਮਤੀ ਵੀ ਕਰ ਦਿੰਦੇ ਹਾਂ, ਕਾਨੂੰਨ ਪ੍ਰਕਿਰਿਆ ਕਾਨੂੰਨੀ ਉਹ ਕਰਨੀ ਪੈਣੀ ਆ। ਅੱਜ ਤੱਕ ਇਹ ਪ੍ਰੋਗਰਾਮ ਜਿਹੜਾ ਵਾ, ਜਿਹੜੀਆਂ ਸਾਡੇ ਖੇਮਕਰਨ ਹਲਕੇ ਦੇ ਵਿੱਚ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ, ਉਹਨਾਂ ਵੱਲੋਂ ਜਿਹੜਾ ਅਤੇ ਸਾਰਾ ਹਲਕੇ ਖੇਮਕਰਨ ਵੱਲੋਂ ਸ਼ੁਕਰਾਨਾ ਮਹਾਰਾਜ ਦਾ ਕਰ ਲਈ। ਅੱਜ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਜਨਮ ਅਸਥਾਨ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਜਿੱਥੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਵੀ ਆ, ਉੱਥੇ ਇੱਕ ਤਾਂ ਵਧਾਈਆਂ ਦਿੱਤੀਆਂ ਸੰਗਤਾਂ ਨੂੰ ਅਤੇ ਨਾਲ ਸਾਰੀਆਂ ਪੰਚਾਇਤਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਸਰਬਸੰਮਤੀ ਕਿੰਨੀਆਂ ਕੁ ਹੋਈਆਂ ਜੀ? ਸਰਬਸੰਮਤੀਆਂ ਮੇਰੇ ਵੀਰ ਮੈਨੂੰ ਲੱਗਦਾ ਵੀ ਸਾਡੇ 38 ਪਿੰਡਾਂ 'ਚ ਇਲੈਕਸ਼ਨ ਹੋਈ ਆ, ਬਾਕੀ 168 ਪੰਚਾਇਤਾਂ ਸੀ, ਬਾਕੀ ਲਗਭਗ ਸਰਬਸੰਮਤੀ ਨਾਲ। ਕਾਗਜ਼ ਭਰਨ ਨੂੰ ਲੈ ਕੇ ਨਾ ਕਾਫੀ ਦੋ ਧੜਿਆਂ ਦੇ ਵਿੱਚ ਰੌਲਾ ਪਿਆ, ਕਾਂਗਰਸ ਪਾਰਟੀ ਵੱਲੋਂ, ਅਕਾਲੀ ਦਲ ਤੇ ਆਇਆ ਨਹੀਂ ਸ਼ਾਇਦ ਮੇਰਾ ਖਿਆਲ, ਕਾਂਗਰਸ ਪਾਰਟੀ ਨੇ ਕਾਫੀ ਰੌਲਾ ਪਿਆ। ਰਾਜਾ ਵੜਿੰਗ ਤੱਕ ਇੱਥੇ ਪਹੁੰਚਿਆ ਜੀ, ਤੁਹਾਡੇ ਹਲਕੇ ਦੇ ਵਿੱਚ ਤੁਹਾਨੂੰ ਵੀਡੀਓ ਵੀ ਪਾਉਣੀ ਪਈ ਜੀ, ਉਹਦੇ ਸੰਬੰਧ ਕੀ ਕਹਿਣਾ ਚਾਹੋਗੇ? ਮੇਰੇ ਵੀਰ ਪਤਾ ਕੀ ਹੈ ਜੀ, ਉਹ ਕੁਝ ਕੁ ਲੋਕ ਸੀ ਜਿਹੜੇ 5-7 ਪਿੰਡਾਂ 'ਚ ਜਿੱਥੇ ਪੰਚਾਇਤਾਂ ਸਰਬਸੰਮਤੀਆਂ ਹੋਈਆਂ ਸੀ ਉਹਨਾਂ ਨੂੰ ਤੋੜਨ ਲਈ ਸ਼ਰਾਰਤਾਂ ਕਰ ਰਹੇ ਸੀ ਜੀ ਜੀ, ਉਹ ਇਲੈਕਸ਼ਨ ਨਹੀਂ ਸੀ ਕੋਈ ਲੜਨਾ ਚਾਹੁੰਦਾ। ਜੇ ਮੇਰੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਹੁੰਦੇ ਤੁਸੀਂ ਪੱਤਰਕਾਰ ਭਾਈਚਾਰਾ ਹੋ ਜੀ, ਫਿਰ ਤੁਹਾਡੇ ਸਾਹਮਣੇ 38-40 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਈ ਹੈ, ਉੱਥੇ ਤੇ ਕਿਸੇ ਨੂੰ ਕਾਗਜ਼ ਨਹੀਂ ਕਿਸੇ ਦੇ ਭਰਨੋਂ ਰੋਕਿਆ ਗਿਆ ਜੀ ਜੀ, ਉੱਥੇ 2-2-3-3 ਧਿਰਾਂ ਇਲੈਕਸ਼ਨ ਲੜੀ ਆ, ਤੇ ਫਿਰ ਉੱਥੇ ਇਲੈਕਸ਼ਨ ਲੜਦੇ ਉੱਥੇ ਤਾਂ ਕਿਸੇ ਨੇ ਕਾਗਜ਼ ਭਰੇ ਨਹੀਂ, ਉੱਥੇ ਤਾਂ ਜਿੱਤਣ ਵਾਲਾ ਵੀ ਸਾਡਾ ਤੇ ਹਾਰਨ ਵਾਲਾ ਵੀ ਸਾਡਾ, ਜੇ 3 ਧਿਰਾਂ ਸੀ ਤਾਂ ਵੀ ਸਾਡੇ ਹਾਰਨ ਵਾਲੇ। ਮੇਰੇ ਵੀਰ ਉਹ ਉਹਨਾਂ ਦੀ ਇੱਕ ਡਰਾਮੇਬਾਜ਼ੀ ਸੀ, ਇਲੈਕਸ਼ਨਾਂ ਲੁਕਸ਼ਨਾਂ ਲੜਨ ਤੋਂ ਭੱਜ ਚੁੱਕੇ ਸੀ। ਬਾਕੀ ਕਈ ਮੈਂ ਐਵੇਂ ਕਹਾਂ ਕਿ ਕਈ ਪਿੰਡਾਂ ਦੇ ਵਿੱਚ ਕਾਂਗਰਸੀ ਜਾਂ ਅਕਾਲੀ ਦਲ ਦੇ ਵੀ ਬੰਦੇ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ ਆਪ ਸੰਮਤੀਆਂ ਵੀ ਕਰਾਈਆਂ, ਉਹਨਾਂ ਦਾ ਵੀ ਧੰਨਵਾਦ ਕਰਦਾ। ਕਈ ਸਾਰੇ ਲੋਕ ਇੱਕੋ ਜਿਹੇ ਨਹੀਂ ਸੀ, ਉਹ ਚੰਦ ਕੁ ਲੋਕ ਸੀ ਤੇ ਉਹ ਸਿਰਫ ਆਪਦੇ ਪ੍ਰਧਾਨਗੜੀ ਚੰਗਾ ਬਣਨਾ ਚਾਹੁੰਦੇ ਸੀ, ਉਹ ਇੱਕ ਵਿਖਾਵਾ ਕਰਨਾ ਚਾਹੁੰਦੇ ਸੀ ਜੀ ਅਸੀਂ ਵੇਖੋ ਜੀ ਬੜੀ ਪਾਰਟੀ ਵੱਡੇ ਪੱਧਰ ਤੇ ਇਲੈਕਸ਼ਨ ਨਾਲ ਲੜ ਰਹੀ ਆ, ਜਦੋਂ ਕਿ ਉਹ ਸਿਰਫ ਇੱਕ ਡਰਾਮੇਬਾਜ਼ੀ ਸੀ। ਜਿਹੜੇ ਜਿੰਨੇ ਵੀ ਸਰਪੰਚ ਤੁਹਾਡੇ ਬਣੇ ਨੇ ਜਾਂ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਬਣੇ ਜਾਂ ਅਦਰ ਪਾਰਟੀਆਂ ਦਾ ਵੀ ਕੋਈ ਬਣੇ ਨੇ? ਮੇਰੇ ਵੀਰ ਮੇਰੇ ਖਿਆਲ ਨਾਲ ਮੈਨੂੰ ਇੰਝ ਲੱਗਦਾ 2 ਕੁ ਪੰਚਾਇਤਾਂ ਜਿਹੜੀਆਂ ਸਾਂਝੀਆਂ ਬਣੀਆਂ ਜਿੱਥੇ ਮੈਂਬਰ ਸਾਡੇ ਬੰਦਿਆਂ ਦੇ ਬਣ ਗਏ, ਉਹਨਾਂ ਨੇ ਸਰਪੰਚ ਇੱਕ ਥਾਂ 'ਤੇ ਇਲੈਕਸ਼ਨ ਨਾ, ਇੱਕ ਦਾ ਸਰਪੰਚ ਜਿਹੜਾ ਸ਼ਾਇਦ ਬਣਿਆ ਤੇ ਇੱਕ ਸਰਪੰਚ ਜਿਵੇਂ ਮਹਮੂਦਪੁਰੇ ਸਰਬਸੰਮਤੀ ਹੋਈ ਆ, ਉਹ ਜਿਹੜਾ ਮੈਂਬਰ ਸਾਡੇ ਸਾਰੇ ਆਮ ਆਦਮੀ ਦੇ ਬੰਦਿਆਂ ਦੇ ਬਣ ਗਏ ਉਹਨਾਂ ਨੇ ਸੰਮਤੀ ਕਰ ਲਈ, ਉੱਥੇ BJP ਦਾ ਇੱਕ ਬੰਦਾ ਉਹਨੂੰ ਉਹਨਾਂ ਨੇ ਸੰਮਤੀ ਨਾਲ ਸਰਪੰਚ ਚੁਣ ਲਿਆ, ਤੇ ਮੈਂ ਤੇ ਉਹਨਾਂ ਨੂੰ ਰੋਕਿਆ ਹੀ ਨਹੀਂ। ਮੇਰੀ ਵੱਲੋਂ ਜੇ ਕੋਈ ਪਿੰਡ ਸਹਿਮਤ ਹੁੰਦਾ ਵੀ ਬਈ ਅਸੀਂ ਇਸ ਬੰਦੇ ਨੂੰ ਸਰਪੰਚ ਲਾਉਣਾ ਜਾਂ ਕਿਸੇ ਪਾਰਟੀ ਦਾ, ਮੈਂ ਤੇ ਉਹਨੂੰ ਵੀ ਨਹੀਂ ਰੋਕਿਆ। ਇੱਕ ਥੋੜਾ ਜਿਹਾ ਕੌੜਾ ਸਵਾਲ ਹੈ ਜੀ, ਬਹੁਤ ਸਾਰੇ ਨਾ ਲੋਕ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਰੌਲਾ ਵੀ ਪਾ ਰਹੇ ਕਿ ਸਰਵਣ ਸਿੰਘ ਧੋਨ ਨੇ ਤੇ ਬਹੁਤ ਸਾਰੇ ਵੱਡੇ ਵੱਡੇ ਗੱਫੇ ਲੈ ਕੇ ਸਰਪੰਚ ਬਣਾਏ। ਇੱਕ ਗੱਲ ਦੱਸਾਂ ਵੀਰੇ ਜੀ, ਜਿਹੜੇ ਗੱਫਿਆਂ ਦੀਆਂ ਗੱਲਾਂ ਵਿਰੋਧੀ ਪਾਰਟੀ ਕਰਦੀ ਹੈ ਨਾ ਬ੍ਰਦਰ, ਇਹ ਜਾਂ ਤਾਂ ਵੇਖੋ ਜਿਹੜੇ ਸਰਪੰਚ ਬਣੇ ਗਏ ਆ ਕਦੀ ਜ਼ਿੰਦਗੀ 'ਚ ਕੋਈ ਆਣ ਕੇ ਬੰਦਾ ਇਹ ਗੱਲ ਕਹਿ ਦੇ ਕਿ ਬਈ ਆਹ ਸਰਵਣ ਸਿੰਘ ਧੋਨ ਨੇ ਮੇਰੇ ਤੋਂ ਪੈਸੇ ਮੰਗੇ ਸਰਪੰਚ ਦੇ ਬਣਾਉਣ ਦੇ, ਜਾਂ ਸਰਪੰਚ ਬਣਨ ਦੇ ਅਸੀਂ ਪੈਸੇ ਦਿੱਤੇ ਆ,
कदी कल्ले मेरे को आ जाओ हुण प्रेस दे सामने कई चीजा जिहड़ियां वा ओह भैणां भरावां दे मैं नहीं नंगियां करनियां चाहुंदा मेरे को व्हाट्सएप ते मैसेज पए आ जिहड़े लोग मैनूं 50-50 लख दीआं ऑफरां दिंदे मैं ओह पिंडां च इलैक्शनां कराईआं मैं भाई इलैक्शन लड़ लो फिर मैनूं ओह 50 लख वढ़दा सी मैं ले लैंदा मेरे को व्हाट्सएप ते सबूत ने ते उहनां पिंडां विच इलैक्शनां होईआं वा ਇਹ ਗੱਲਾਂ ਮੇਰੇ ਵੀਰ ਪਤਾ ਕੀ ਆ ਬ੍ਰਦਰ ਵੇਖੋ ਰੱਬ ਤੋਂ ਡਰ ਕੇ ਮੈਂ ਇਹ ਗੱਲ ਕਹਿਣਾ ਵਾ ਹੰਕਾਰ ਨਹੀਂ ਵੈਸੇ ਮੈਂ ਕਰਦਾ ਚਲੋ ਪ੍ਰਮਾਤਮਾ ਨੇ ਜਿੰਨੀ ਕੁ ਮੈਨੂੰ ਸੇਵਾ ਬਖਸ਼ਣੀ ਆ ਪਤਾ ਨਹੀਂ ਕਿੰਨਾ ਚਿਰ ਬਖਸ਼ਦਾ ਰੱਬ ਨਾ ਤਾਂ ਜਿਹੋ ਜਿਹੇ ਦਾਸ ਨੇ ਫੈਸਲੇ ਕੀਤੇ ਆ ਬਗੈਰ ਲਾਲਚ ਤੋਂ ਨਾ ਤਾਂ ਪਿੱਛੇ ਜਿਹੜੇ ਰਹੇ MLA ਉਹਨਾਂ ਨੇ ਕਦੀ ਕੀਤੇ ਸੀ ਤੇ ਨਾ ਕੋਈ ਗਾਂਹ ਕਰੂਗਾ ਇੱਥੇ ਪੈਸੇ ਨੂੰ ਵੇਖ ਨਾ ਲਾਲਾਂ ਸੁੱਟਦੇ ਫਿਰਦੇ ਆ ਜਦੋਂ ਕਰੋੜਾਂ ਰੁਪਈਏ ਘਰ ਆਉਂਦੇ ਆ ਤੇ ਤੁਹਾਡੇ ਭਰਾ ਨੇ ਪੈਰ ਤੇ ਠੋਕਰ ਨਾ ਠਗਰਾਏ ਆ ਪੈਸੇ ਲੋਕਾਂ ਦੇ। ਮੇਰ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਕਿ ਹੁਣ ਸਰਪੰਚਾਂ ਨੂੰ ਤੁਹਾਡੇ ਤੋਂ ਆਸ ਵੀ ਹੈ ਵੀ ਹੁਣ ਵਿਕਾਸ ਦੇ ਲਈ ਗਰਾਂਟਾਂ ਦੀ ਆ ਬਲੇਰ ਵਾਲੇ ਸਰਪੰਚ ਵੀ ਆ ਨੇੜੇ ਨੇੜੇ ਹੋਰ ਮੇਰੇ ਜਿੰਨੇ ਮਰਜ਼ੀ ਭਾਵੇਂ ਜਿਹੜੇ ਜਿਹੜੇ ਨਗਰ ਦਾ ਵੀ ਕੋਈ ਭੈਣ ਭਰਾ ਸਰਪੰਚ ਆ ਜਾਂ ਪੰਚਾਇਤ ਬਣੀ ਉਹ ਮੇਰਾ ਮੁੱਢਲਾ ਫਰਜ਼ ਹੈ ਉਹਨਾਂ ਨੂੰ ਗਰਾਂਟਾਂ ਦੇਣੀਆਂ ਪਿੰਡਾਂ ਦਾ ਵਿਕਾਸ ਕਰਾਉਣਾ ਸਾਡੀ ਸਰਕਾਰ ਜਿਹੜੀ ਆ ਉਹ ਬਹੁਤ ਖੁੱਲੀਆਂ ਗਰਾਂਟਾਂ ਦੇ ਕੇ ਪੰਚਾਇਤਾਂ ਨੂੰ ਨਿਵਾਜੂਗੀ ਜਿਹੜੇ ਪੰਚਾਇਤਾਂ ਦੇ ਅਸੀਂ ਜਿਹੜੇ ਕੰਮ ਆ ਵੇਖੋ ਮੈਂ ਤਾਂ 2 ਸਾਲਾਂ 'ਚ ਵੀਰੇ ਜਦੋਂ ਸਾਡੇ ਸਰਪੰਚ ਵੀ ਨਹੀਂ ਬਣੇ ਮੇਰੇ ਨਾਲ ਕੋਈ ਬੰਦਾ ਬੈਠ ਕੇ ਡਿਬੇਟ ਕਰ ਲਏ ਜਾਂ ਤੁਸੀਂ ਪਿੰਡਾਂ 'ਚ ਜਾ ਕੇ ਵੇਖ ਲਓ ਜਿੰਨੇ 2 ਸਾਲਾਂ 'ਚ ਅਸੀਂ ਕੰਮ ਕਰਦੇ ਉਹਨਾਂ ਦੇ 20 ਸਾਲਾਂ 'ਚ ਨਹੀਂ ਪਿਛਲੇ MLA ਨੇ ਕੰਮ ਕੀਤੇ ਮੇਰੇ ਨਾਲ ਪਿੰਡਾਂ 'ਚ ਗਰਾਊਂਡ 'ਤੇ ਆਉਣ ਗੱਲਾਂ ਕਰਨਗੇ ਬੜੀਆਂ ਸੌਖੀਆਂ ਦੋਸ਼ ਲਾ ਦੇਣੇ ਕਿਸੇ 'ਤੇ ਉਂਗਲ ਕਰ ਦੇਣੀ ਉਹ ਬੜੀ ਸੌਖੀ ਘਰ ਬੈਠਿਆਂ ਕਰ ਦੋਗੇ ਪਰ ਮੇਰਾ ਵੀਰ ਜਿਹੜਾ ਗਰਾਊਂਡ 'ਤੇ ਕੰਮ ਜਿਹੜੇ ਉਹਨਾਂ ਲੋਕਾਂ ਨੇ ਨਹੀਂ ਸੀ ਕੀਤੇ ਉਹ ਜਿਹੜੇ ਅੱਜ ਤੁਹਾਡਾ ਭਰਾ ਕੰਮ ਕਰ ਰਿਹਾ ਔਰ ਸਾਡੀਆਂ ਪੰਚਾਇਤਾਂ ਕੰਮ ਕਰਨਗੀਆਂ ਤੁਹਾਡੀ ਆਪਣੀ ਸਪੀਚ ਦੇ ਵਿੱਚ ਸੀ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਵੱਡੇ ਵੱਡੇ ਖਰਚ ਕੀਤੇ ਨੇ ਪੰਚਾਇਤੀ ਹਾਸਲ ਕਰਨ ਵਾਸਤੇ ਬਿਲਕੁਲ ਉਹਨਾਂ ਲੋਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਨੇ 80-80, 85-85 ਲੱਖ ਜਿਹੜਾ ਵਾ ਉਹ ਲਾ ਦਿੱਤਾ ਕੈਮਰੇ ਤੇ ਇੱਥੇ ਆ ਜੀ 85-85 ਲੱਖ ਰੁਪਇਆ ਲਾ ਦਿੱਤਾ ਵਾ ਉਹ ਵਿਕਾਸ ਵਾਲੇ ਪਾਸੇ ਜਾਣ ਵੀਰੇ ਮੇਰੀ ਇਹੋ ਹੀ ਲੋਕਾਂ ਨੂੰ ਅਪੀਲ ਸੀ ਨਾ ਮੈਂ 1-2 ਮਹੀਨੇ ਸਮਤੀਆਂ ਕਰਾਉਣ ਵੱਲ ਲੱਗਾ ਰਿਹਾ ਮੈਂ ਇਹੋ ਹੀ ਤਾਂ ਲੋਕਾਂ ਨੂੰ ਕਹਿੰਦਾ ਸੀ ਵੀ ਪਿੰਡਾਂ ਵਿੱਚ ਜਦੋਂ ਤੁਸੀਂ ਲੱਗ ਪੋਗੇ ਵੀ ਤੁਸੀਂ ਇੰਨੇ ਇੰਨੇ ਪੈਸੇ ਲਾ ਕੇ ਮੇਰੇ ਵੀਰ ਆਪਾਂ ਜਿਹੜੇ ਵਾ ਆਪਾਂ ਕਿੱਥੋਂ ਸਰਵਾਈਵ ਕਰਾਂਗੇ ਪੈਸੇ ਉਹ ਗਲਤ ਗੱਲ ਹੋਈ ਆ ਮੈਨੂੰ ਉਸ ਗੱਲ ਦਾ ਦੁੱਖ ਵੀ ਆ ਪਰ ਉਹ ਜ਼ਿਆਦਾ ਪਿੰਡਾਂ 'ਚ ਨਹੀਂ ਹੋਇਆ ਜਿਹੜੇ ਮਹਿੰਗੇ ਪਿੰਡ ਗਏ ਨਾ ਜਿਹੜੀਆਂ ਹੌਟ ਸੀਟਾਂ ਸੀ ਖੇਮ ਕਰਨ ਲੱਗੇ ਦੀਆਂ ਉਹ ਇੱਕ ਵਾਂ ਪਿੰਡ ਸੀ ਇੱਕ ਮੇਰਾ ਖਿਆਲ ਤਲਵੰਡੀ ਪਿੰਡ ਸੀ ਜਾਂ ਇੱਕ ਬਲੇਰ ਪਿੰਡ ਸੀ ਇਤਨਾ ਕਰਕੇ 3-4 ਹੌਟ ਸੀਟਾਂ ਜਿੱਥੇ ਜ਼ਿਆਦਾ ਖਰਚ ਹੋਇਆ ਉਹ ਮੈਨੂੰ ਦੁੱਖ ਆ ਉਸ ਗੱਲ ਦਾ ਹਦਾਇਤਾਂ ਕੀ ਨੇ ਪੰਚਾਇਤਾਂ ਨਵੀਆਂ ਪੰਚਾਇਤਾਂ ਨੂੰ ਹਦਾਇਤਾਂ ਨਹੀਂ ਮੇਰੀ ਤੇ ਬੇਨਤੀ ਹੈ ਵੀਰੇ ਮੈਂ ਹਦਾਇਤ ਨਹੀਂ ਕਰਨੀ ਮੇਰੇ ਭਰਾ ਨੇ ਸਾਰੇ ਮੇਰੀ ਬੇਨਤੀ ਆ ਭਾਈ ਆਪਾਂ ਰਲ ਮਿਲ ਕੇ ਵੇਖੋ ਕਿੰਨਾ ਮਾਣ ਸਨਮਾਨ ਤੁਹਾਨੂੰ ਮਿਲਿਆ ਨਗਰਾਂ ਨੇ ਦਿੱਤਾ ਤੁਸੀਂ ਸਰਪੰਚ ਪੰਚ ਬਣੇ ਹੋ ਆਪਾਂ ਸਮਾਜ ਲਈ ਚੰਗੇ ਕੰਮ ਕਰੀਏ ਚੰਗਾ ਇੱਕ ਸੁਨੇਹਾ ਦਈਏ ਲੋਕਾਂ ਨੂੰ ਕਿ ਭਾਈ ਜੇ ਤੁਸੀਂ ਸਾਨੂੰ ਇਹਦੇ ਕਾਬਲ ਸਮਝਿਆ ਤੇ ਅਸੀਂ ਪਿੰਡਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਪਿੰਡਾਂ ਦੇ ਲੋਕਾਂ ਦੇ ਕੰਮ ਜਿਹੜੇ ਉਹ ਹੱਲ ਕਰਾਂਗੇ ਔਰ ਪਿੰਡਾਂ ਦੇ ਵਿਕਾਸ ਦੇ ਵਿੱਚ ਅਸੀਂ ਬਹੁਤ ਵੱਡਾ ਯੋਗਦਾਨ ਪਾਵਾਂਗੇ ਇਹ ਮੇਰੀ ਬੇਨਤੀ ਹੈ ਸਰ ਜਿਹੜੇ ਕਹਿੰਦੇ ਕਾਗਜ਼ ਰੱਦ ਕਰਾਏ ਨੇ ਸਾਡੇ ਸਰਵਨ ਸਿੰਘ ਧੁੰਨ ਉਹਨਾਂ ਨੇ ਉਹਨਾਂ ਨੇ ਕੀ ਕਰਨਾ ਕਾਗਜ਼ ਰੱਦ ਸੁਣ ਲਓ ਵੀਰੇ ਤੁਸੀਂ ਮੇਰੇ ਕੋਲ ਉਹ ਵੀ ਆ ਜਿਓ ਲੋਕ ਪਤਾ ਨਹੀਂ ਵਿਚਾਰੇ ਨਾ ਆਪਣੇ ਖੇਮ ਕਰਨ ਵਾਲੇ ਗਲੇ ਮੈਂ ਮੇਰੀ ਸੁਣਿਓ ਉਹਦੇ ਵਿੱਚ ਇਹ ਆ 5-7 ਪਿੰਡਾਂ ਦੇ ਵਿੱਚ ਕੁਝ ਕੁ ਕਾਗਜ਼ ਜਿਹੜੇ ਉਹ ਰਿਜੈਕਟ ਹੋਏ ਆ ਮੈਂ ਨਹੀਂ ਕਹਿੰਦਾ ਨਹੀਂ ਹੋਏ ਉਹਦੇ ਵਿੱਚ ਜਿਸ ਤਰ੍ਹਾਂ ਹੁਣ ਘਰਿਆਲਾ ਪਿੰਡ ਆ ਉੱਥੇ ਮੇਰੇ ਮੈਂਬਰਾਂ ਦੇ ਹੀ ਕਾਗਜ਼ ਰੱਦ ਹੋ ਗਏ ਜਿਹੜੇ ਮੇਰੀ ਪਾਰਟੀ ਦੇ ਬੰਦੇ ਸੀ ਵਰਨਾਲਾ ਪਿੰਡ ਆ ਮੇਰੇ ਆਪਦੇ ਮੈਂਬਰਾਂ ਦੇ ਰੱਦ ਹੋ ਗਏ ਉੱਥੇ ਜਿਹੜੇ ਸਾਡੀ ਪਾਰਟੀ ਦੇ ਸੀ ਉਹ ਰੀਜਨ ਕੀ ਬਣਿਆ ਵਾ ਮੈਂ 3 ਦਿਨ ਅਖੀਰਲੇ 2 ਦਿਨ ਮੁੜ ਕੇ ਲੁਕਿਆ ਵਾਂ ਸਾਡੇ ਬੰਦਿਆਂ ਨੂੰ ਤੇ ਇਹ ਹੀ ਨਹੀਂ ਪਤਾ ਕਿ ਕਾਗਜ਼ ਭਰਨੇ ਕਿਵੇਂ ਆ ਜਦੋਂ ਮੈਂ ਲੋਕੇ ਮੈਂ ਕਹਿੰਦਾ ਜੀ ਤੁਸੀਂ ਕਾਗਜ਼ ਭਰੋ ਤੇ ਉਹ ਮੈਨੂੰ ਪਤਾ ਕੀ ਕਹਿੰਦੇ ਜਿਵੇਂ MLA ਨੇ ਜੇਬ 'ਚੋਂ ਸਰਪੰਚੀ ਦੇਣੀ ਹੁੰਦੀ ਆ ਨਹੀਂ ਤੂੰ ਰਸੀਦ ਕੱਟ ਕੇ ਦੇ ਦੇ ਰਸੀਦ ਕੱਟਿਆਂ ਕਿਹੜੀ ਸਰਪੰਚੀ ਮਿਲਦੀ ਆ ਉਹ ਕਾਗਜ਼ ਭਾਵੇਂ ਆਪਾਂ ਸਰਬਸੰਮਤੀ ਵੀ ਕਰ ਦਿੰਦੇ ਹਾਂ ਭਾਵੇਂ ਆਪਾਂ ਪਿੰਡ 'ਚ ਸਰਬਸੰਮਤੀ ਵੀ ਕਰ ਦਿੰਦੇ ਹਾਂ ਕਾਨੂੰਨ ਪ੍ਰਕਿਰਿਆ ਕਾਨੂੰਨੀ ਉਹ ਕਰਨੀ ਪੈਣੀ ਆ ਹੁਣ ਮੈਂ ਤੁਹਾਨੂੰ ਦੱਸਦਾ ਕਾਗਜ਼ ਰੱਦ ਹੋਣ ਦੇ ਕਾਰਨ ਕੀ ਬਣੇ ਜਿਵੇਂ ਤੁਸੀਂ ਇੱਕ ਵਾਰਡ 'ਚ ਭਰਦੇ ਮੈਂਬਰ ਪੰਚਾਇਤੀ ਦੇ ਕਾਗਜ਼ ਮੈਂ ਵੀ ਭਰਦੀ ਚਾਹੀਦਾ ਤੇ ਜੇ ਤੁਸੀਂ ਭਰੇ ਤਾਂ ਤੁਹਾਨੂੰ ਪ੍ਰਪੋਜ਼ ਇਹ ਬੰਦਾ ਕਰੇ ਮੈਨੂੰ ਪ੍ਰਪੋਜ਼ ਇਹ ਕਰੇ ਮੈਂ ਤੁਹਾਨੂੰ ਪ੍ਰਪੋਜ਼ ਕਰਦਾ ਤੁਸੀਂ ਮੈਨੂੰ ਕਰਦਾ ਉਹ ਵੀਰੇ ਅਖੀਰਲੇ ਦਿਨ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਵਾ ਜਿਹੜਾ RO ਆ ਉਹ ਆਪ ਫਸਦਾ ਸੀ ਉਹ ਕਿਵੇਂ ਉਹਨਾਂ ਨੂੰ ਕਾਗਜ਼ਾਂ ਨੂੰ ਸਹੀ ਪਾ ਦਿੰਦਾ
ਜਿਹੜੀਆਂ ਅਸੀਂ ਗਲਤੀਆਂ ਹੀ ਇੰਨੀਆਂ ਛੱਡ ਗਏ। ਕੋਈ ਫਾਈਲ ਨਹੀਂ ਪਾੜੀ ਗਈਆਂ ਜੀ? ਨੋ, ਕੋਈ ਫਾਈਲ ਨਹੀਂ ਪਾੜੀ ਗਈ ਜੀ। ਉਹ ਉਹਨਾਂ ਦੇ ਡਰਾਮੇ ਆ ਵੀਰੇ। ਮੈਂ ਪਹਿਲਾਂ ਵੀ ਕਿਹਾ ਸੀ, ਇੱਕ ਦਿਨ ਪਹਿਲਾਂ ਆ ਕੇ ਤੁਸੀਂ ਕਰੋ, ਜਿੱਦਣ ਲਾਸਟ ਕਾਗਜ਼ ਹੋਣੇ ਆ ਉਦਣ ਤੁਸੀਂ ਗੁੰਡਾਗਰਦੀ ਕਰੋ। ਤਿੰਨ ਦਿਨ ਪਹਿਲਾਂ ਕਾਗਜ਼ ਦਾਖਲ ਹੋਣੇ, ਉਦਣ ਕਿਉਂ ਨਹੀਂ ਕੋਈ ਪੰਚਾਇਤ ਆਈ ਜੀ? ਜੀ ਜੀ। ਉੱਧਰ ਉਹ ਵੀ ਸੁਣੋ ਗੱਲ, ਉਹ ਬੰਦੇ ਜਿਹੜੇ ਆ ਬ੍ਰਦਰ, ਉਹ ਸਿਰਫ ਇੱਕ ਡਰਾਮੇਬਾਜ਼ੀ ਕਰਨਾ ਚਾਹੁੰਦੇ ਵੀ ਅਸੀਂ ਆਪਦੇ ਲੀਡਰਾਂ ਨੂੰ ਵਿਖਾਉਣਾ ਵਾ ਵੀ ਆਪਾਂ ਕਾਗਜ਼ ਜਿਹੜੇ ਆ ਉਹ ਭਰ ਰਹੇ ਹਾਂ। ਉਹ ਆਪ ਹੀ ਤਰੁੱਟੀਆਂ ਗਲਤ ਕਰਕੇ ਤੇ ਕਾਗਜ਼ ਲਈ ਫਿਰਦੇ ਵੀ ਸਾਡੇ ਆਪੇ ਰੱਦ ਹੋ ਜਾਣਗੇ। ਮੈਂ ਤੁਹਾਨੂੰ ਦੱਸਦਾ ਜੀ, ਇੱਕ ਵਾਰੀ ਮੈਂ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਲੜੀ ਸੀ ਜਦੋਂ ਮੈਂ ਅਕਾਲੀ ਦਲ 'ਚ ਹੁੰਦਾ ਸੀ, ਅਤੇ ਇੱਥੇ ਆਪਣੇ ਹੀ ਭਰਾ ਵਾ ਜਿਹਨੇ ਜਿਹਨੂੰ ਉਹਨਾਂ ਨੇ ਟਿਕਟ ਦਿੱਤੀ ਕਾਂਗਰਸ ਨੇ ਜ਼ਿਲ੍ਹਾ ਪਰਿਸ਼ਦ ਦੀ, ਮਾੜੀ ਬੇਗੇ ਤੋਂ ਹੀ ਸੀ ਉਹ, ਮੈਨੂੰ ਕਹਿਣਾ ਆਪਣੀ ਸਾਂਝ ਵੜੀ ਹੈ ਜੀ, ਮੈਂ ਤੁਹਾਡੇ ਖਿਲਾਫ਼ ਇਲੈਕਸ਼ਨ ਨਹੀਂ ਲੜਨੀ, ਮੈਨੂੰ ਮੱਲੋ ਮੱਲੀ ਲੜਾਈ ਜਾਂਦੇ ਆ, ਇਹਦਾ ਕੋਈ ਹੱਲ ਕੱਢੋ ਮੈਨੂੰ ਕਵੇ। ਮੈਂ ਕਿਹਾ ਯਾਰ ਮੈਂ ਆ ਲੱਗੀ ਕੱਢਾਂ ਵੀ ਇਲੈਕਸ਼ਨ ਤੂੰ ਲੜਨੀ ਆ, ਕਾਗਜ਼ ਭਰਨੇ ਤੂੰ ਭਰ, ਇਲੈਕਸ਼ਨ ਹੱਥ ਆ ਤੇਰਾ, ਸਾਂਝ ਆ ਫਿਰ ਕੀ ਤੂੰ ਲੜ। ਉਹ ਮੇਰਾ ਵੀਰ ਅਗਲੇ ਦਿਨ ਆਪੇ ਹੀ ਕਾਗਜ਼ ਕੁਗਜ਼ ਭਰ ਕੇ ਨਾ ਜਾਂਦਾ, ਚੰਗਾ ਭਰਾਵਾ ਤੂੰ ਤਾਂ ਨਹੀਂ ਹੱਲ ਕੱਢਿਆ ਤੇ ਮੈਂ ਸਾਰੇ ਕਾਗਜ਼ ਗਲਤ ਭਰ ਆਇਆ ਵੀ ਆਪੇ ਖਰਾਬ ਹੋ ਜਾਣਗੇ। ਇਹ ਕਈ ਬੰਦੇ ਇਸ ਤਰ੍ਹਾਂ ਦਾ ਵੀ ਕੰਮ ਕਰਦੇ ਫਿਰਦੇ। ਐਸੀ ਸਮਾਜ ਦਾ ਇੱਕ ਸਵਾਲ ਸੀਗਾ, ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਜ਼ਰੂਰ ਧੁੰਨ ਸਾਹਿਬ ਨੂੰ ਪੁੱਛਿਓ ਵੀ ਜ਼ਿਆਦਾਤਰ ਨਾ ਐਸੀ ਸਮਾਜ ਦੇ ਜਿਹੜੇ ਸਰਪੰਚ ਬਣਾਏ ਜਾਂਦੇ ਉਹ ਰਬੜ ਦੀ ਮੋਹਰ ਹੁੰਦੇ ਆ। ਇਹ ਸਵਾਲ ਮੈਂ ਤਾਂ ਕਰ ਰਿਹਾ ਕਿ ਬਹੁਤ ਸਾਰੇ ਲੋਕਾਂ ਦੇ ਮੈਨੂੰ ਕਾਲ ਆਏ ਵੀ ਧੁੰਨ ਸਾਹਿਬ ਨੂੰ ਜ਼ਰੂਰ ਸਵਾਲ ਕਰਿਓ ਕਿ ਐਤਕੀ ਵਾਰੀ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਜਾਂ ਪੜ੍ਹੇ ਲਿਖੇ ਮੁੰਡੇ ਅੱਗੇ ਲਾਏ। ਮੇਰੀ ਸੁਣੋ ਗੱਲ, ਮੈਂ ਮੇਰੇ ਕੋਲ ਨਾ ਹੁਣ ਤੁਸੀਂ ਚਲੋ ਬੜੀ ਹੁਣ ਇਹ ਸਵਾਲ ਕੀਤਾ, ਮੈਂ ਅੱਗੇ ਤੋਂ ਤੁਹਾਨੂੰ ਡਾਟਾ ਵੀ ਦਊਂਗਾ। ਮੇਰੇ ਇੱਕ ਮੈਨੂੰ ਯਾਦ ਆ ਵੀ ਇੱਕ ਘਰਿਆਲੇ ਤੋਂ ਮੁੰਡਾ ਬਣਿਆ ਵਾ ਸਰਪੰਚ, ਗਗਨ। ਗਗਨ ਉਹ ਬੰਦਾ PhD ਆ। ਵਾਹ ਕੀ ਬਾਤ ਹੈ। ਉਹ ਸਾਈ ਭਾਈਚਾਰੇ ਦਾ ਮੁੰਡਾ ਔਰ ਬਣਿਆ ਵੀ ਇਲੈਕਸ਼ਨ ਲੜ ਕੇ ਆ। ਕੀ ਬਾਤ ਹੈ। ਇਲੈਕਸ਼ਨ ਲੜ ਕੇ ਸਰਪੰਚ ਬਣਿਆ ਐਸੀ ਸਮਾਜ ਦਾ। ਐਸੀ ਸਮਾਜ ਦਾ ਮੇਰੇ ਵੀਰ, ਮੈਂ ਇਹ ਕਿਉਂਕਿ ਐਸੀ ਭਾਈਚਾਰਾ ਮੇਰੇ ਭਰਾ ਨੇ, ਸਾਡੇ ਗੁਰੂ ਸਾਹਿਬ ਨੇ ਤੇ ਵੀਰੇ ਰੰਗਰੇਟੇ ਗੁਰੂ ਕੇ ਬੇਟੇ ਗਿਆ ਐਸੀ ਭਾਈਚਾਰੇ ਨੂੰ, ਅਸੀਂ ਕੌਣ ਹੁੰਦੇ ਹਾਂ? ਹਾਂ ਅਸੀਂ ਤਾਂ ਵੱਧ ਸਨਮਾਨ ਦਿੰਦੇ ਉਹਨਾਂ ਨੂੰ, ਬਾਕੀ ਇਹ ਜ਼ਰੂਰ ਆ ਕਿ ਜੇ ਕੋਈ ਭੈਣ ਭਰਾ ਐਸੀ ਸਾਡਾ ਉਹਨੂੰ ਸੱਚੇ ਕਹਾ ਵੀ ਮੇਰੇ ਨਾਲ ਬਣਿਆ, ਤੂੰ ਵੀ ਸਰਪੰਚ ਬਣਿਆ ਨਾ, ਆਹ ਵੀ ਪੜ੍ਹਿਆ ਲਿਖਿਆ ਮੁੰਡਾ ਝੁੱਗੀਆਂ ਤੋਂ ਤੁਹਾਡਾ ਬਣਿਆ, ਇਹਨੂੰ ਪੁੱਛ ਲਾ। ਇੱਥੇ ਤਰਸੇਮ ਹੋਣਾ, ਇੱਥੇ ਤਲਵੰਡੀ ਵਾਲਾ ਬਈ, ਤਰਸੇਮ ਨੂੰ ਬੁਲਾਓ, ਜ਼ਰੂਰ ਕਰ ਦੇਗਾ। ਆਹ ਤਰਸੇਮ ਤਲਵੰਡੀ ਤੋਂ ਸਰਪੰਚ ਪਹਿਲਾਂ ਵੀ 2 ਸਾਲ ਉਹਨੇ ਕੀਤੀ, ਜਾ ਕੇ ਵੇਖ ਲਓ ਨਗਰ ਦੇ ਵੱਟ ਕੱਢਦੇ ਉਹਨੇ, ਅਜੇ ਸਰਪੰਚ ਬਣਿਆ ਵੀ ਨਹੀਂ। ਮੇਰੇ ਵੱਲੋਂ ਮੇਰੇ ਕੋਈ ਮੇਰੇ ਦੇ ਸਤਿਕਾਰਯੋਗ ਨੇ ਜਿਹੜੇ ਵੀ ਭੈਣ ਭਰਾ ਬਣੇ ਆ, ਜੇ ਕੋਈ ਚਲੋ ਘੱਟ ਪੜ੍ਹਿਆ ਲਿਖਿਆ ਉਹਨੂੰ ਵੀ ਸਮਝਾ ਕੇ ਆਪਾਂ ਅੱਗੇ ਲਾ ਕੇ ਤੋਰਾਂਗੇ, ਉਹਦਾ ਮਾਣ ਸਨਮਾਨ ਮੇਰੇ ਭਰਾ ਨੇ ਉਹ। ਬਹੁਤ ਬਹੁਤ ਧੰਨਵਾਦ ਜੀ, ਗੱਲਬਾਤ ਕਰਨ ਲਈ। ਸੋ ਇਹ ਸਨ ਸਰਦਾਰ ਸਰਵਣ ਸਿੰਘ ਜੀ ਧੁੰਨ ਸਾਹਿਬ, MLA ਹਲਕਾ ਖੇਮਕਰਨ, ਜਿਨ੍ਹਾਂ ਨੇ ਅੱਜ ਪੰਚਾਇਤ ਬੁਲਾ ਕੇ ਸਾਰੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ ਔਰ ਇੱਕ ਮਿਲਣੀ ਰਸਮ ਜਿਹੜੀ ਆ ਉਹ ਨਿਭਾਈ ਗਈ। ਸਾਰੇ ਪਿੰਡਾਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਭਾਈ ਆਪਣੇ ਜਿਹੜੇ ਹਾਰੇ ਹੋਏ ਸਰਪੰਚ ਆ ਉਹਨਾਂ ਨੂੰ ਵੀ ਨਾਲ ਲੈ ਕੇ ਅਤੇ ਵਿਕਾਸ ਕਾਰਜਾਂ ਵੱਲ ਧਿਆਨ ਦਿਓ ਅਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਨਹੀਂ ਗਵਾਉਣੀ, ਅਤੇ ਨਾਲ ਹੀ ਅਸੀਂ ਵੀ ਇੱਕ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕਿਸੇ ਪ੍ਰਤੀ ਕੋਈ ਵੀ ਕਿਸੇ ਤਰ੍ਹਾਂ ਦੀ ਈਰਖਾ ਜਿਹੜੀ ਰੱਖਣੀ ਆ ਉਹ ਗਲਤ ਹੈ, ਅਤੇ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਆਓ, ਨਵੇਂ ਬਣੇ ਸਰਪੰਚਾਂ ਦਾ ਸਾਥ ਦਈਏ। ਅੱਜ ਦੀ ਵੀਡੀਓ ਵਿੱਚ ਇਹਨੇ ਵੇਖਦੇ ਹੋ ਸੁਰਖਾਵ।